ਹਾਂਜੀ ਪੰਜਾਬ ਵਾਲਿਓ, ਜੋ ਜੋ ਅਸੀਂ ਗੱਲਾਂ ਕਹਿੰਦੇ ਆ ਰਹੇ ਆ, ਕਲਪਦੇ ਆ ਰਹੇ ਆ, ਬੜੇ ਲੰਮੇ ਸਮੇਂ ਤੋਂ ਤੁਹਾਨੂੰ ਸਮਝਾਉਂਦੇ ਆ ਰਹੇ ਆ, ਉਹਨਾਂ ਦੇ ਨਤੀਜੇ ਤੁਸੀਂ ਭੁਗਤਣੇ ਸ਼ੁਰੂ ਕਰਤੇ। ਹਲੇ ਸ਼ੁਰੂਆਤ ਆ, ਹਲੇ ਦੇਖੀ ਜਾਓ ਅੱਗੇ ਤੁਹਾਡੇ ਨਾਲ ਹੁੰਦਾ ਕੀ ਆ, ਤੁਹਾਡੇ ਨਾਲ ਬਣਦਾ ਕੀ ਆ। ਜੋ ਘਟਨਾ ਅੱਜ ਵਾਪਰੀ ਆ ਪਿੰਡ ਕੁੰਬੜਾ ਜਿਹੜਾ ਮੋਹਾਲੀ ਦੇ ਵਿੱਚ, ਦੋ ਨੌਜਵਾਨ ਬੱਚੇ ਜਿਨ੍ਹਾਂ ਦੀ ਉਮਰ 16-16, 17-17 ਸਾਲ ਦੀ ਉਮਰ ਸੀਗੀ, ਇੰਨੀ ਦਰਿੰਦਗੀ ਨਾਲ, ਇੰਨੀ ਬੇਰਹਿਮੀ ਨਾਲ ਜਿਹੜੇ ਪ੍ਰਵਾਸੀਆਂ ਨੇ ਮਾਰੇ ਆ, ਯੂਪੀ ਬਿਹਾਰ ਦੇ ਬੰਦਿਆਂ ਨੇ, ਜਵਾਕ, ਇੱਕ ਦੇ ਗਲ ਚ ਛੁਰਾ ਮਾਰਿਆ, ਇੱਕ ਦੇ ਸਿੱਧਾ ਅੱਖ ਦੇ ਵਿੱਚ ਛੁਰਾ ਮਾਰਿਆ ਤੇ ਸਿੱਧਾ ਦਿਮਾਗ ਦੇ ਵਿੱਚ ਜਾ ਕੇ ਪਿੱਛੇ ਸਿਰ ਦੇ ਕੱਢਤਾ ਛੁਰਾ। ਗੱਲ ਸਿਰਫ ਇੰਨੀ ਹੋਈ ਸੀ ਵੀ ਇੱਕ ਬੱਚਾ, ਇੱਕ ਜਵਾਕ ਸਾਈਕਲੀ ਤੇ ਖੇਡ ਰਿਹਾ ਸੀਗਾ, ਉਹ ਸਾਈਕਲੀਕ ਤੇ ਉਹਨਾਂ ਦੇ ਮਾੜੇ ਮੋਟੇ ਨਾਲ ਲੱਗ ਗਈ ਜਾ ਕੇ, ਉਹਨਾਂ ਨੇ ਉਸ ਬੱਚੇ ਨੂੰ ਘੂਰਨਾ ਸ਼ੁਰੂ ਕਰਤਾ। ਤੇ ਇਹਨਾਂ ਦੋਨਾਂ ਨੌਜਵਾਨਾਂ ਨੇ ਇੰਨੇ ਹੀ ਕਿਹਾ ਸੀ ਵੀ ਇਹ ਜਵਾਕ ਆ, ਕੋਈ ਗੱਲ ਨੀ ਯਾਰ, ਜੇ ਸਾਈਕਲੀ ਵਿੱਚ ਵੱਜ ਗਈ ਕਿੱਡੀ ਗੱਲ ਹੋ ਗਈ। ਇੰਨੀ ਗੱਲ ਦੇ ਉੱਤੇ ਦੋ ਨੌਜਵਾਨ ਪੰਜਾਬ ਦੇ ਅੱਜ ਪਿੰਡ ਕੁੰਬੜਾ ਜ਼ਿਲ੍ਹਾ ਮੋਹਾਲੀ ਦੇ ਵਿੱਚ, ਇੱਕ ਦੇ ਅੱਖ ਦੇ ਵਿੱਚ ਛੁਰਾ ਮਾਰ ਕੇ ਤੇ ਇੱਕ ਦੇ ਗਲ ਦੇ ਵਿੱਚ ਛੁਰਾ ਮਾਰ ਕੇ ਦੋਨੇ ਥਾਂ ਤੇ ਮਾਰਤੇ ਆ। ਇਹਦਾ ਜ਼ਿੰਮੇਵਾਰ ਇਹ ਤੁਸੀਂ ਖੁਦ ਲੋਕ ਹੋ, ਤੁਸੀਂ ਇੰਨੇ ਅੰਨੇ ਹੋ ਚੁੱਕੇ ਆ ਲਾਲਚ ਦੇ ਵਿੱਚ, ਸਵਾਰਥ ਨੇ ਤੁਹਾਨੂੰ ਇੰਨਾ ਅੰਨੇ ਕਰਤਾ, ਕਮਲੇ ਕਰਤਾ, ਤੁਹਾਨੂੰ ਦਿਖਦੇ ਹੀ ਕੱਖ ਨਹੀਂ ਹੋਏ। ਆ ਜਗਤਪੁਰੇ ਪਿੰਡ ਜਿੱਥੇ ਕੁਛ ਮਹੀਨੇ ਪਹਿਲਾਂ ਰੌਲਾ ਪਿਆ ਵੀ 900 ਵੋਟ ਪਿੰਡ ਦੀ ਤੇ 6500 ਵੋਟ ਪ੍ਰਵਾਸੀਆਂ ਦੀ ਆ, ਅਸੀਂ ਵੀ ਉਸ ਪਿੰਡ ਦੇ ਵਿੱਚ ਗਏ ਸੀ, ਰੌਲਾ ਗੌਲਾ ਪੈ ਗਿਆ। ਚੋਣ ਕਮਿਸ਼ਨਰ ਵੱਲੋਂ, ਉੱਪਰੋਂ ਕੋਰਟਾਂ ਵੱਲੋਂ ਇੱਕ ਵਾਰੀ ਉਸ ਪਿੰਡ ਦੀ ਸਰਪੰਚੀ ਦੀ ਚੋਣ ਰੱਦ ਕਰਤੀ। ਪਰ ਕਸੂਰ ਕਿਹਦਾ, ਕਸੂਰਵਾਰ ਕੌਣ ਆ? ਕਸੂਰਵਾਰ ਉਹ ਲੋਕ ਨੇ। ਕਿਉਂ ਲੋਕ ਨੇ? ਉਹ ਹਾਲੇ ਵੀ ਉਹ ਲੋਕ ਪਿੰਡ ਜਗਤਪੁਰਾ ਦੇ ਵਿੱਚ ਜਿਹੜੇ ਬੰਦੇ ਮੋਹਤਬਾਰ ਸਰ ਅੱਗੇ ਲੱਗੇ ਹੋਏ ਬੰਦੇ, ਜਿਹਨੇ ਸਾਨੂੰ ਵੀ ਬੁਲਾਇਆ, ਹੋਰਾਂ ਨੂੰ ਵੀ ਬੁਲਾਇਆ, ਰੌਲਾ ਵੀ ਪਾਇਆ ਵੀ ਸਾਡੇ ਪਿੰਡ ਦੀ ਸਰਪੰਚੀ ਪ੍ਰਵਾਸੀਆਂ ਕੋਲੇ ਬਾਗੀ ਮੈਂਬਰ ਪੰਚਾਇਤ ਉਹ ਬਣ ਗਏ ਜੀ। ਉਹਨਾਂ ਬੰਦਿਆਂ ਨੇ ਆਪਣੇ ਘਰਾਂ ਦੇ ਵਿੱਚ ਕਿਰਾਏ ਦੇ ਉੱਤੇ ਛੋਟੇ ਛੋਟੇ ਕਮਰੇ ਬਣਾ ਕੇ ਇਹਨਾਂ ਪ੍ਰਵਾਸੀਆਂ ਨੂੰ ਦਿੱਤੇ ਹੋਏ ਆ। ਇਹ ਜਿਹੜੇ ਤੁਸੀਂ ਅੱਖ ਬੀਜ ਰਹੇ ਹੋ, ਜਿਹੜੇ ਕੰਡੇ ਬੀਜ ਰਹੇ ਹੋ, ਜਿਹੜੇ ਬੂਟੇ ਤੁਸੀਂ ਲਾ ਰਹੇ ਹੋ, ਭੁਗਤੋਗੇ ਵੀ ਤੁਸੀਂ, ਮੇਰੀ ਗੱਲ ਯਾਦ ਰੱਖਿਓ। ਇਹਦਾ ਹਲੇ ਦੇਖੀ ਜਾਓ ਅੱਗੇ ਕਿਵੇਂ ਤੁਹਾਡੀਆਂ ਕੁੜੀਆਂ ਬੁੜੀਆਂ ਨੂੰ ਘਰੇ ਜਾ ਕੇ ਚੁੰਬੜਦੇ ਆ, ਕਿਵੇਂ ਤੁਹਾਡੀਆਂ ਇੱਜ਼ਤਾਂ ਨਾਲ ਖੇਡਦੇ ਆ। ਇਹ ਦੇਖੀ ਜੇ ਹਾਲਾਤ ਕੀ ਬਣਨੇ ਆ ਪੰਜਾਬ ਚ। ਅੰਨੇ ਹੋ ਗਏ, ਅੰਨੇ ਲੋਕੋ ਤੁਸੀਂ, ਅੰਨੇ ਹੋ ਗਏ, ਤੁਹਾਨੂੰ ਦਿਖਦਾ ਹੀ ਕੱਖ ਨਹੀਂ। ਆ ਕੁਛ ਦਿਨ ਪਹਿਲਾਂ ਦਲੱਦੀ ਪਿੰਡ, ਨਾਭੇ ਦਾ ਪਿੰਡ ਆ ਦਲੱਦੀ, ਨਾਭੇ ਕੋਲੇ ਇੱਕ ਨਿਹੰਗ ਸਿੰਘ ਜਿਹਨੂੰ 3 ਯੂਪੀ ਦੇ ਬੰਦਿਆਂ ਨੇ, ਜਿਹੜੇ ਪਿੱਛੇ ਵੀ ਕ੍ਰਾਈਮ ਕਰਕੇ ਆਏ ਸੀਗੇ ਹਰਿਆਣੇ ਦੇ ਵਿੱਚ, ਇੱਥੇ ਪਿੰਡ ਚ ਰੱਖ ਲਿਆ ਉਹਨਾਂ ਨੂੰ, ਉਹਨਾਂ ਨੇ ਕੁੱਟ ਕੇ ਸਿਰ ਚ ਟੰਬਾ ਮਾਰ ਕੇ ਮਾਰਤਾ। ਅੱਜ ਤੱਕ ਉਹ ਬੰਦੇ ਫੜੇ ਨਹੀਂ ਗਏ, ਉਹ ਯੂਪੀ ਭੱਜ ਗਏ, ਉਹ ਬਿਹਾਰ ਭੱਜ ਗਏ, ਕੋਈ ਰਿਕਾਰਡ ਹੈਗਾ ਇਹਨਾਂ ਦਾ? ਇੱਥੇ ਪੰਜਾਬ ਦਾ ਕੋਈ ਨੌਜਵਾਨ ਚੰਡੀਗੜ੍ਹ ਨੌਕਰੀ ਲੱਗੇ, ਜਾ ਕੇ ਪ੍ਰਾਈਵੇਟ ਨੌਕਰੀ ਕਰੇ, ਚੰਡੀਗੜ੍ਹ ਪੁਲਿਸ
ਪੰਜਾਬ ਦੇ ਵਿੱਚ ਉਹਦੇ ਪਿੰਡ ਚ ਆ ਕੇ ਉਹਦੀ ਪੜਤਾਲ ਕਰਦੀ ਆ, ਉਹਦਾ ਰਿਕਾਰਡ ਦੇਖਦੀ ਆ ਵੀ ਇਹਦਾ ਰਿਕਾਰਡ ਕੀ ਆ, ਕ੍ਰਿਮੀਨਲ ਤਾਂ ਨੀ, ਮਾੜਾ ਨੀ, ਕੌਣ ਆ ਇਹ ਬੰਦਾ, ਕਿਹਦਾ ਪਿਛੋਕੜ ਆ, ਕਿਹਦਾ ਮੁੰਡਾ ਇਹ। ਆਪਦੀ ਰਾਜਧਾਨੀ ਦੇ ਵਿੱਚ ਬੰਦਾ ਪ੍ਰਾਈਵੇਟ ਨੌਕਰੀ ਲੈਣ ਜਾਂਦਾ, ਉਹਦਾ ਵੀ ਰਿਕਾਰਡ ਖੰਗਾਲਿਆ ਜਾਂਦਾ। ਯੂਪੀ ਚ ਕ੍ਰਾਈਮ ਕਰਕੇ ਆਏ ਹੋਏ ਬੰਦੇ, ਬਿਹਾਰ ਚ, ਬੰਗਾਲ ਚ ਕ੍ਰਾਈਮ ਕਰਕੇ ਆਏ ਹੋਏ ਬੰਦੇ ਇੱਥੇ ਆ ਕੇ ਸਾਡੇ ਬੰਦੇ ਮਾਰ ਕੇ ਭੱਜ ਜਾਂਦੇ ਆ ਤੇ ਪੁਲਿਸ ਦੇ ਹੱਥ ਪੱਲੇ ਕੱਖ ਨੀ ਪੈਂਦਾ। 6 ਤਰੀਕ ਦੀ ਘਟਨਾ ਦਲੱਦੀ ਪਿੰਡ ਦੀ, ਨਾਭੇ ਦੀ, ਹਾਲ ਤੱਕ ਬੰਦਾ ਨੀ ਕੋਈ ਫੜਿਆ ਗਿਆ। ਕਿੱਥੋਂ ਫੜ ਲਓਗੇ, ਐਡੀ ਯੂਪੀ ਪਈ ਆ ਖਬਰਾਂ, ਕੋਈ ਟਿਕਾਣਾ ਨੀ, ਕੋਈ ਡਰੈਸ ਨੀ ਪਤਾ, ਕੋਈ ਪਿੰਡ ਨੀ ਪਤਾ, ਕੋਈ ਨਾਂ ਨੀ ਸਹੀ ਹੈ ਦੱਸਦੇ ਆ ਕੇ ਲਿਖਾਉਂਦੇ। ਆ ਜਿੰਨੇ ਬੰਗਲਾਦੇਸ਼ ਦੇ ਵਿੱਚੋਂ ਆ ਰਹਿੰਗੇ ਇਧਰ ਨੂੰ ਆ ਰਹੇ ਆ, ਬੰਗਲਾਦੇਸ਼ੀ ਰਹਿੰਗੇ ਜਿਹੜੇ ਬੰਗਾਲ ਤੋਂ ਇਧਰ ਨੂੰ ਆ ਰਹੇ ਆ, ਵੱਡੀ ਗਿਣਤੀ ਦੇ ਵਿੱਚ ਪੰਜਾਬ ਤੇ ਕਾਬਜ ਹੋ ਰਹੇ ਨੇ, ਵੱਡੀ ਗਿਣਤੀ ਚ ਪੰਜਾਬ ਚ ਵੜ ਰਹੇ ਨੇ ਉਹ। ਜਿੰਨੇ ਆ ਰਹਿੰਗੇ ਮੁਸਲਮਾਨ ਨੇ ਨਾ ਬੰਗਲਾਦੇਸ਼ ਦੇ ਵਿੱਚੋਂ, ਬੰਗਾਲ, ਬੰਗਾਲ ਤੋਂ ਪੰਜਾਬ ਨੂੰ ਆ ਰਹੇ ਨੇ, ਨਾਂ ਬਦਲ ਕੇ ਰੱਖੇ ਜਾ ਰਹੇ ਨੇ, ਕਿਹਦਾ ਨਾਂ ਰਵੀ ਰੱਖ ਲਿਆ, ਕਿਸੇ ਨੇ ਰਾਜੂ ਰੱਖ ਲਿਆ, ਕਿਸੇ ਨੇ ਆਸ਼ੂ ਰੱਖ ਲਿਆ, ਨਾਂ ਬਦਲ ਕੇ ਇੱਥੇ ਰਹਿ ਰਹੇ ਨੇ। ਉਹ ਖਬਰਾਂ ਕੀ ਕਰਕੇ ਆਏ ਆ? ਕੋਈ ਪੰਜਾਬ ਸਰਕਾਰ, ਕੋਈ ਪੰਜਾਬ ਪੁਲਿਸ, ਕੋਈ ਇਹਦੀ ਪੜਤਾਲ ਕਰ ਰਹੀ ਹੈ, ਮਸਲੇ ਦੀ ਜਾਂਚ ਹੋ ਰਹੀ ਹੈ ਵੀ ਇਹ ਕੌਣ ਹੈ, ਕਿੱਥੋਂ ਆਏ ਆ। ਅੱਜ ਦੀ ਹੋਰ ਘਟਨਾ ਸੁਣ ਲਓ, ਰਤੀਆ ਮੰਡੀ, ਰਤੀਆ ਹਰਿਆਣੇ ਦੇ ਵਿੱਚ ਆਪਣਾ ਮਾਨਸਾ ਜ਼ਿਲ੍ਹੇ ਦਾ ਪਿੰਡ ਆ ਧਿੰਗੜ, ਝੰਡੂਕੇ, ਧਿੰਗੜ ਦੀ ਝੰਡੂਕੇ ਪਿੰਡ ਹੈ, ਝੰਡੂਕਿਆਂ ਦਾ ਮੁੰਡਾ ਰਤੀਏ ਆਪਣਾ ਝੋਨਾ ਵੇਚਣ ਗਿਆ, ਉੱਥੇ ਅੱਜ ਕੁੱਟ ਕੁੱਟ ਕੇ ਉਹ ਬੁਰਾ ਹਾਲ ਕੀਤਾ, ਕੁੱਟ ਕੇ ਉਹ ਬੁਰਾ ਹਾਲ ਕੀਤਾ, ਉੱਥੇ ਮਸਾਂ ਲੋਕਾਂ ਨੇ ਛੁਡਾ ਕੇ, ਭਈਆਂ ਦੇ ਪੈਰੀ ਹੱਥ ਲਾ ਕੇ ਉਹਨੂੰ ਮਸਾਂ ਚੱਕ ਕੇ ਬਚਾ ਕੇ ਉਹਦੀ ਜਾਨ ਬਚਾ ਕੇ ਲੈ ਕੇ ਆਈ। ਇਹ ਰੋਜ਼ ਦੀਆਂ ਘਟਨਾਵਾਂ ਨੇ ਤੇ ਪੁਲਿਸ ਟਾਲ ਮਟੋਲ ਕਰਦੀ ਹੈ। ਇੱਥੇ ਕੋਈ ਬੰਦਾ ਕਮੈਂਟ ਕਰਦੇ ਨਾ, ਕਮੈਂਟ ਕੋਈ ਟਿੱਪਣੀ ਕਰਦੇ ਤੇ ਨਾਲ ਦੀ ਨਾਲ ਥਾਣੇਦਾਰ ਤੜਕੇ ਬਾਰ ਚ ਖੜਾ ਹੁੰਦਾ, ਸੀਆਈ ਵਾਲੇ ਬਾਰ ਚ ਖੜੇ ਹੁੰਦੇ ਆ ਵੀ ਤੁਸੀਂ ਫਲਾਣੇ ਦੀ ਵੀਡੀਓ ਤੇ ਆ ਕਮੈਂਟ ਕੀਤਾ, ਟਿੱਪਣੀ ਕੀਤੀ ਆ, ਵੀਡੀਓ ਸਾਂਝੀ ਕੀਤੀ ਹੈ, ਆਓ ਥਾਣੇ ਦੱਸੋ। ਤੇ ਇੱਥੇ ਬੰਦੇ ਮਾਰੇ ਜਾ ਰਹੇ ਆ। ਆ ਕਈ ਕਈ ਸਾਡੇ ਮੇਰੇ ਹਿੰਦੂ ਭਰਾ ਪੰਜਾਬ ਦੇ ਪੰਜਾਬੀ ਮੇਰੇ ਇਸ ਗੱਲ ਦੇ ਖਿਲਾਫ ਹੁੰਦੇ ਆ ਕਿ ਲੱਖਾਂ ਪ੍ਰਵਾਸੀਆਂ ਦੇ ਖਿਲਾਫ ਬੋਲਦਾ, ਲੱਖਾਂ ਭਈਆਂ ਦੇ ਖਿਲਾਫ ਬੋਲਦਾ। ਤੁਹਾਨੂੰ ਮੈਂ ਦੱਸਣਾ ਚਾਹੁੰਦਾ, ਅਸੀਂ ਕਿਸੇ ਨੂੰ ਕੋਈ ਨਫ਼ਰਤ ਨਹੀਂ ਕਰਦੇ, ਅਸੀਂ ਕਿਸੇ ਮਨੁੱਖਤਾ ਨੂੰ ਨਫ਼ਰਤ ਨਹੀਂ ਕਰਦੇ। ਸਾਡੇ ਗੁਰੂਆਂ ਦਾ ਸਿਧਾਂਤ ਆ, ਸਾਡੇ ਗੁਰੂਆਂ ਦਾ ਫਲਸਫਾ ਸਾਂਝੀ ਬਾਲਤਾ, ਸਰਬੱਤ ਦਾ ਭਲਾ। ਪਰ ਜਿਹੜੇ ਬੰਦੇ ਕ੍ਰਾਈਮ ਕਰ ਰਹੇ ਨੇ, ਪੰਜਾਬ ਦੀ ਡੈਮੋਗ੍ਰਾਫੀ ਬਦਲੀ ਜਾ ਰਹੀ ਹੈ, ਪੰਜਾਬ ਦਾ ਸੱਭਿਆਚਾਰ ਖਤਮ ਕੀਤਾ ਜਾ ਰਿਹਾ, ਪੰਜਾਬ ਦੀ ਬੋਲੀ ਮਾਰੀ ਜਾ ਰਹੀ ਹੈ, ਪੰਜਾਬ ਦੇ ਪਾਣੀਆਂ ਚ ਗੰਦ ਪਾਇਆ ਜਾ ਰਿਹਾ, ਉਹਦੇ ਵਿੱਚ ਇਹ ਲੋਕ ਵੱਡੇ ਜ਼ਿੰਮੇਵਾਰ, ਅਸੀਂ ਕਹਿੰਦਾ ਬੋਲੀਏ, ਕਹਿੰਦਾ ਰੌਲਾ ਪਾਈਏ। ਬਈ ਸਾਡਾ ਕਿਸੇ ਨਾਲ ਕੋਈ ਵੈਰ ਨਹੀਂ, ਕਿਸੇ ਇਨਸਾਨ ਨਾ ਕਿਸੇ ਪ੍ਰਵਾਸੀ ਨਾਲ, ਪਰ ਜੋ ਸਾਡੇ ਨਾਲ ਵਾਪਰ ਰਿਹਾ, ਜੋ ਸਾਡੇ ਨਾਲ ਹੋ ਰਿਹਾ। ਹੁਣ ਤੁਹਾਨੂੰ ਮੈਂ ਵੀ ਦੱਸਦਾ, ਇਹ ਲੁਧਿਆਣੇ ਦੀ ਘਟਨਾ, ਮੇਰਾ ਮਿੱਤਰ ਆ ਮੁੰਡਾ ਪ੍ਰਿੰਸ, ਮੈਨੂੰ ਉਹਨੇ ਗੱਲ ਸੁਣਾਈ, ਕਹਿੰਦਾ ਬਾਈ ਆ ਥੋੜੇ ਚਿਰ ਪਹਿਲਾਂ ਦੀ ਘਟਨਾ ਦੱਸਣ ਲੱਗਿਆ ਮੈਂ। ਉਹ ਕਹਿੰਦਾ ਬਾਈ ਇੱਕ ਮਹਾਜਨ, ਇੱਕ ਸੇਠ ਬਜ਼ੁਰਗ ਬੰਦਾ ਸਕੂਟਰੀ ਤੇ ਜਾ ਰਿਹਾ ਸੀ, ਮੁਰੇ ਉਹਦੀ ਪੋਤੀ ਕੋਈ 18 ਸਾਲ ਦੀ, 17 ਸਾਲ ਦੀ ਬੱਚੀ ਕੁੜੀ ਸਕੂਟਰੀ ਚਲਾ ਰਹੀ ਸੀ, ਬਜ਼ੁਰਗ ਬੰਦਾ 65-70 ਸਾਲ ਦਾ ਮਗਰ ਬੈਠਾ ਸੀ। ਗਾਹਾਂ ਜਾ ਕੇ ਉਹ ਕਦੇ ਜਦੋਂ ਬਾਜ਼ਾਰ ਵੇ ਦੀ ਲੰਘੇ ਨਾ, ਉਹਨੇ ਕਦੇ 3 ਗਾਹਾਂ ਭਈਏ ਜਾਂਦੇ ਸੀ ਰਸਤੇ, ਐ ਘੁੰਮਦੇ, ਦਾਰੂ ਪੀਤੀ ਸੀ ਉਹਨਾਂ ਦੀ, ਉਹਨੇ ਹਾਰਨ ਮਾਰਤਾ ਕੁੜੀ ਨੇ, ਉਹ ਪਾਸੇ ਨਾ ਹਟੇ, ਉਹਨੇ ਫਿਰ ਹਾਰਨ ਮਾਰਿਆ,
ਉਹ ਫਿਰ ਪਾਸੇ ਨਾ ਹਟੇ। ਉਹਨੇ ਇੰਨੀ ਗੱਲ ਕਹੀ ਕਹਿੰਦੇ ਭਈਆ ਮਾੜਾ ਮਾੜਾ ਪਾਸੇ ਹੋ ਜਾਓ, ਹੀ ਲੰਘਣਾ। ਇੰਨੀ ਗੱਲ ਤੇ ਉਹ ਕੁੜੀ ਦੇ ਗਲ ਦੇ ਵਿੱਚ ਆਹ ਪਾਇਆ ਸੀਗਾ ਜਿਹੜਾ ਹੁੰਦਾ ਆਹ ਕੀ ਕਹਿੰਦੇ ਉਹਨੂੰ, ਗਲ ਚ ਪਾਉਂਦੀਆਂ ਕੁੜੀਆਂ, ਉਹਨੇ ਭਈਏ ਨੇ ਫੜ ਕੇ ਐਮ ਰੋੜਤਾ। ਉਹ ਕੁੜੀ ਨੇ ਵਿਰੋਧ ਕੀਤਾ ਵੀ ਕੀ ਕਰ ਰਹੇ ਹੋ, ਤਾਂ ਦੂਜੇ ਨੇ ਆ ਕੇ ਕੁੜੀ ਦੀ ਬਾਂਹ ਫੜ ਲਈ। ਤੇ ਜਿਹੜਾ ਮਗਰ ਸੇਠ ਬੈਠਾ ਸੀ ਬਜ਼ੁਰਗ 60-65 ਸਾਲ ਦਾ, ਉਹ ਵਿਚਾਰਾ ਦੂਰ ਖੜਾ ਸਕੂਟਰੀ ਤੋਂ ਉੱਤਰ ਕੇ ਕੰਬਣ ਲੱਗ ਗਿਆ। ਬਜ਼ੁਰਗ ਬੰਦਾ ਕਰ ਵੀ ਕੀ ਸਕਦਾ ਸੀ। ਉਹ ਪ੍ਰਿੰਸ ਕਹਿੰਦਾ ਬਾਈ ਅਸੀਂ ਤਿੰਨ ਜਾਣੇ, ਪਰ ਤਿੰਨਾਂ ਜਾਣਿਆਂ ਸੀ ਪੂਰੀ ਚੰਗੀ ਤਰ੍ਹਾਂ ਛੁਲਕੇ ਬੰਦੇ ਉਹ। ਹੋਰ ਸੁਣ ਲਓ ਘਟਨਾ ਲੁਧਿਆਣੇ ਦੀ, ਆਜ਼ਾਦ ਨਗਰ ਦੀ, ਇਹ ਵੀ ਧਿਆਨ ਦੇਣ ਯੋਗ ਗੱਲ ਹੈ। ਲੁਧਿਆਣੇ ਦੇ ਵਿੱਚ ਆਜ਼ਾਦ ਨਗਰ ਦੇ ਵਿੱਚ ਗੁਰਸਿੱਖ ਪਰਿਵਾਰ ਹੈ, 5-5.5 ਸਾਲ ਦੀ ਬੱਚੀ ਸਕੂਲ ਪੜ੍ਹਦੀ, ਵੈਨ ਤੋਂ ਉਤਰ ਕੇ ਜਦੋਂ ਵੈਨ ਤੇ ਪੜ੍ਹ ਕੇ ਵਾਪਸ ਘਰ ਨੂੰ ਆਉਂਦੀ ਹੈ ਤਾਂ ਉਹਨਾਂ ਦਾ ਇੱਕ ਪ੍ਰਵਾਸੀ ਰੱਖਿਆ ਹੋਇਆ ਬੰਦਾ ਘਰੇ, ਉਹਨੂੰ ਲੈਣ ਭੇਜ ਦਿੰਦੇ ਵੀ ਜਾ ਜਵਾਕੜੀ ਨੂੰ ਲੈ ਕੇ ਆ। ਉਹ ਕਹਿੰਦਾ ਬਾਈ ਉਹ ਜਵਾਕੜੀ ਨੂੰ ਸਕੂਟਰੀ ਦੇ ਮੂਹਰੇ ਖੜਾਇਆ ਤੇ ਜਵਾਕੜੀ ਨਾਲ ਗਲਤ ਹਰਕਤਾਂ ਕਰਦਾ ਜਾਵੇ, ਅਸੀਂ ਦੇਖ ਲਿਆ। ਕਹਿੰਦਾ ਦੇ ਕੇ ਹੀ ਰੋਕਿਆ ਵੀ ਉਹ ਭੋਰਾ ਭਰ ਜਵਾਕੜੀ ਕੀ ਕਰ ਰਿਹਾ। ਕਹਿੰਦਾ ਉਲਟਾ ਸਾਡੇ ਗਲ ਪੈ ਗਿਆ। ਕਹਿੰਦਾ ਚੰਗੀ ਤਰ੍ਹਾਂ ਉਹ ਵੀ ਛੁਲਕਿਆ, ਸਕੂਟਰੀ ਫੜੀ, ਜਵਾਕੜੀ ਉਦੋਂ ਫੜੀ ਤੇ ਅਸੀਂ ਜਾਣਦੇ ਸੀਗੇ ਉਹ ਪਰਿਵਾਰ ਨੂੰ, ਉਹਨਾਂ ਦੇ ਘਰੇ ਜਵਾਕੜੀ ਪਹੁੰਚਾਈ ਤੇ ਗਾਹਾਂ ਉਹ ਪਰਿਵਾਰ ਕਹਿੰਦਾ ਸਾਡੇ ਹੀ ਗਲ ਪੈ ਗਿਆ ਵੀ ਉਹਦਾ ਸਾਡਾ ਭਰੋਸੇਮੰਦ ਬੰਦਾ ਹੈ, ਭਰੋਸੇਯੋਗ ਬੰਦਾ ਹੈ, ਵਿਸ਼ਵਾਸ ਪਾਤਰ ਹੈ, 20 ਸਾਲ ਤੋਂ ਸਾਡੇ ਕੋਲੇ ਰਹਿ ਰਿਹਾ, ਤੁਸੀਂ ਬਿਨਾਂ ਗੱਲ ਤੋਂ ਇਲਜ਼ਾਮ ਲਾਉਂਦੇ ਆ। ਉਹ ਤੁਹਾਡੀਆਂ 5-5 ਸਾਲ ਦੀਆਂ ਬੱਚੀਆਂ ਵੀ ਸੁਰੱਖਿਅਤ ਨਹੀਂ ਹੈਗੀਆਂ। ਉਹ ਲੋਕੋ ਉਹ ਜਲੜੋ, ਉਹ ਨਿਖਦੋ, ਨਿਕੰਮਿਓ। ਇਹ ਰੋਜ਼ ਦੀਆਂ ਘਟਨਾਵਾਂ। ਮੈਂ ਮੇਰੀਆਂ ਪੰਜਾਬ ਦੀਆਂ ਭੈਣਾਂ ਨੂੰ ਕਹਿਣਾ ਚਾਹੁੰਦਾ, ਮਾਵਾਂ ਨੂੰ ਕਹਿਣਾ ਚਾਹੁੰਦਾ, ਤੁਹਾਡੇ ਘਰਾਂ 'ਚ ਬੱਚੀਆਂ ਨੇ 5-5, 7-7, 10-10 ਸਾਲ ਦੀਆਂ, ਉਹ ਸਕੂਲ 'ਚ ਜਾਂਦੀਆਂ ਨੇ, ਵੈਨ 'ਚ ਜਾਂਦੀਆਂ ਨੇ, ਪਿੰਡ 'ਚ ਕਿਤੇ ਹੋਰ ਜਾਂਦੀਆਂ ਨੇ, ਰਿਸ਼ਤੇਦਾਰੀ ਜਾਂਦੀਆਂ ਨੇ, ਉਹਨਾਂ ਦਾ ਵੀ ਬਹੁਤ ਵੱਡੇ ਪੱਧਰ ਤੇ ਸ਼ੋਸ਼ਣ ਹੁੰਦਾ। ਜਵਾਕੜੀ ਘਰੇ ਆ ਕੇ ਡਰਦੀ ਦੱਸਦੀ ਨਹੀਂ, ਜਾਂ ਜਵਾਕ ਨੂੰ ਪਤਾ ਹੀ ਨਹੀਂ ਹੁੰਦਾ ਮੇਰੇ ਨਾਲ ਕੀ ਹੋ ਰਿਹਾ। ਉਹਦੇ ਜਿਹੜਾ ਸਕੂਲਾਂ ਨੇ ਨੀ ਸਿਖਾਉਂਦੇ ਬੈਡ ਟੱਚ, ਗੁੱਡ ਟੱਚ, ਵੀ ਇੱਥੇ ਹੱਥ ਨਹੀਂ ਲਾਉਣਾ, ਛਾਤੀ ਦੇ ਹੱਥ ਨਹੀਂ ਲਾਉਣਾ, ਪਿੱਛੇ ਹੱਥ ਨਹੀਂ ਲਾਉਣਾ, ਤੁਹਾਡੀਆਂ ਬੱਚੀਆਂ ਨਾਲ ਉਹ ਵੀ ਵੱਡੇ ਪੱਧਰ ਤੇ ਹੋ ਰਿਹਾ ਓਏ। ਮੈਂ ਪੰਜਾਬ ਦੀਆਂ ਭੈਣਾਂ ਮਾਵਾਂ ਨੂੰ ਬੇਨਤੀ ਕਰਦਾ, ਘਰੇ ਆਈ ਆਪਣੀ ਬੱਚੀ ਨੂੰ, ਆਪਣੀ ਜਵਾਕੜੀ ਨੂੰ, ਆਪਣੇ ਜਵਾਕ ਨੂੰ ਪੁੱਛਿਆ ਕਰੋ, ਚਾਹੇ ਮੁੰਡਾ ਚਾਹੇ ਕੁੜੀ ਆ, ਵੀ ਕੋਈ ਸਕੂਲ 'ਚ, ਕੋਈ ਵੈਨ 'ਚ, ਕੋਈ ਪਿੰਡ 'ਚ, ਕੋਈ ਰਿਸ਼ਤੇਦਾਰੀ 'ਚ ਗਏ ਦੇ, ਕੋਈ ਬੱਚਾ, ਕੋਈ ਵੱਡੀ ਉਮਰ ਦਾ ਬੰਦਾ ਕੋਈ ਗਲਤ ਹਰਕਤਾਂ ਨਹੀਂ ਕਰ ਰਿਹਾ। ਅੱਜ ਤਾਂ ਸੰਘ ਪਾੜੀ ਜਾਂਦੇ ਆ, ਰੋਜ਼ ਕਲਪਦੇ ਆ ਗੱਲਾਂ ਨੂੰ ਲੈ ਕੇ, ਕੋਈ ਨਹੀਂ ਸੁਣਦਾ ਇਹਨਾਂ ਗੱਲਾਂ ਨੂੰ। ਯਾਦ ਰੱਖਿਓ, ਚੇਤੇ ਰੱਖਿਓ ਮੇਰੀਆਂ ਗੱਲਾਂ, ਜੇ ਨਾ ਤੁਹਾਡੀਆਂ ਦਾੜੀਆਂ ਪੱਟੀਆਂ, ਤੁਹਾਡੀਆਂ ਪੱਗਾਂ ਇਹਨਾਂ ਨੇ ਲਾ ਕੇ ਪਰਾਂ ਰੋਲੀਆਂ, ਤੁਹਾਨੂੰ ਨਾ ਇਹਨਾਂ ਨੇ ਜਿਵੇਂ ਅੱਜ 2 ਨੌਜਵਾਨ ਮੁੰਡੇ ਮਾਰਿਆ, ਤੁਹਾਨੂੰ ਆਈ ਮਾਰਨਗੇ। ਆ ਕਈ ਵਿਦਵਾਨ ਆਉਂਦੇ ਆ ਇੱਥੇ, ਦੇਖੋ ਜੀ ਸਾਡੇ ਬੰਦੇ ਕੈਨੇਡਾ ਜਾਂਦੇ ਆ, ਸਾਡੇ ਅਮਰੀਕਾ ਜਾਂਦੇ ਆ, ਉਹ ਸਾਡੇ ਕੈਨੇਡਾ ਅਮਰੀਕਾ ਜਾ ਕੇ ਕਿਸੇ ਨੂੰ ਮਾਰਦੇ ਨੀ ਓਏ, ਕਿਹਦੇ ਜਵਾਕ ਨੀ ਮਾਰਦੇ ਉਹ ਵਿਦਵਾਨੋ, ਕਿਹਦੀਆਂ ਬੱਚੀਆਂ ਦੇ ਨਾਲ ਗਲਤ ਹਰਕਤਾਂ ਨੀ ਕਰਦੇ। ਸੋ ਮੇਰੀ ਬੇਨਤੀ ਆ ਪੰਜਾਬ ਦੇ ਲੋਕੋ, ਤੁਹਾਨੂੰ ਹੱਥ ਬੰਨ ਕੇ ਬੇਨਤੀ ਆ, ਉਹ ਤੁਹਾਡਾ ਪੰਜਾਬ ਸਟਾਰਸ ਫੇਰੋਂ ਖਤਮ ਕੀਤਾ ਜਾ ਰਿਹਾ, ਉਹ ਮਾਰਿਆ ਜਾ ਰਿਹਾ। ਅੱਜ ਨਵਾਂ ਨੋਟੀਫਿਕੇਸ਼ਨ ਜਾਰੀ ਹੋ ਗਿਆ, ਚੰਡੀਗੜ੍ਹ ਦੇ ਵਿੱਚ ਹਰਿਆਣੇ ਨੂੰ ਵੱਖਰੀ ਵਿਧਾਨ ਸਭਾ ਬਣਾਉਣ ਲਈ ਜ਼ਮੀਨ ਦਾ ਨੋਟੀਫਿਕੇਸ਼ਨ ਸੈਂਟਰ ਸਰਕਾਰ ਨੇ ਜਾਰੀ ਕਰਤਾ, ਸਾਨੂੰ ਪਤਾ ਹੀ ਨਹੀਂ। ਚੰਡੀਗੜ੍ਹ ਤੋਂ ਬਿਲਕੁਲ ਦਾਵਾ ਤੁਹਾਡਾ ਖਤਮ ਪੰਜਾਬ ਦਾ, ਤੁਹਾਡੀ ਰਾਜਧਾਨੀ ਦਾ ਬਿਲਕੁਲ ਦਾਵਾ ਖਤਮ ਪੰਜਾਬ ਦਾ, ਅੱਜ ਹੋ ਗਿਆ ਐਲਾਨ ਇਹ।
ਸੈਨੇਟ ਦੀਆਂ ਚੋਣਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਹੋਏ ਨਹੀਂ ਰਹੀਆਂ। ਅੱਜ ਮਹੀਨੇ ਦੇ ਉੱਤੇ ਹੋ ਗਿਆ ਉੱਥੇ ਬੈਠੇ ਸੰਘਰਸ਼ ਕਰ ਰਹੇ ਵਿਦਿਆਰਥੀਆਂ ਨੂੰ। ਆ ਦਲਾਲ, ਆ ਗਦਾਰ ਲੋਕ, ਆ ਜਿਨ੍ਹਾਂ ਦੀਆਂ ਤੁਸੀਂ ਚੱਪਲਾਂ ਚੜਦੇ ਹੋ ਜਾ ਕੇ, ਤੁਸੀਂ ਵੀ ਉਹੋ ਜਿਹੇ ਲੋਕ ਹੋ, ਗਦਾਰ ਹੋ ਤੁਸੀਂ। ਜਿਮਨੀ ਚੋਣਾਂ 'ਚ ਤੁਸੀਂ ਚੱਪਲਾਂ ਚੱਟੀ ਜਾਂਦੇ ਲੀਡਰਾਂ ਦੀਆਂ, ਕੋਈ ਬੋਲਦਾ? ਆ ਐਡੇ ਐਡੇ ਹੋ ਰਿਹਾ ਕਾ ਵਾਪਰ ਰਿਹਾ, ਕੋਈ ਬੋਲ ਰਿਹਾ? ਸਾਰਿਆਂ ਨੂੰ ਆਪੋ ਧਾਪੀ ਲੱਗੀ ਹੋਈ ਆ, ਕੋਈ ਵੋਟਾਂ 'ਚ ਪਿਆ ਹੋਇਆ। ਲੀਡਰਾਂ ਦੇ ਝੰਡੇ 'ਚ ਕੀ ਫਿਰਦੇ ਹੋ? ਗਦਾਰਾਂ ਦੇ ਦਲਾਲਾਂ ਦੇ, ਇਹਨਾਂ ਦਲਿਆਂ ਦੇ, ਜਿਨ੍ਹਾਂ ਨੇ ਇਹ ਪੰਜਾਬ ਤੁਹਾਡਾ ਵੇਚਤਾ, ਮਾਰਤਾ ਪੰਜਾਬ ਤੁਹਾਡਾ, ਤੁਹਾਡੇ ਪਾਣੀਆਂ ਜ਼ਹਿਰ ਪਾਤੀ ਹੋਏ, ਜਵਾਨੀ ਚਿੱਟਿਆਂ ਨਾਲ ਮਾਰਤੀ, ਆ ਤੁਹਾਡੀਆਂ ਬੱਚੀਆਂ ਨਾਲ ਕੀ ਹੋਣ ਲੱਗ ਗਿਆ, ਤੁਹਾਡੇ ਮੁੰਡੇ ਮਾਰੇ ਜਾ ਰਹੇ ਆ, ਕਿੱਥੇ ਕਿਹੜੇ ਪੰਜਾਬੀ ਆ ਤੁਸੀਂ? ਨਾ ਦੇ ਪੰਜਾਬੀ ਆ ਹੋਏ, ਐਵੇਂ ਕਰੀ ਜਾਣਗੇ ਗੀਤਾਂ 'ਚ ਵੱਡੀਆਂ ਵੱਡੀਆਂ ਢੀਂਗਾ ਮਾਰਦੇ ਆ, ਦਮ ਗਜੇ ਮਾਰਦੇ ਆ, ਅਸੀਂ ਉਹ ਕਰ ਦਿੰਦੇ, ਅਸੀਂ ਆਹ ਕਰ ਦਿੰਦੇ, ਫੱਟੇ ਚੱਕ ਦਿੰਦੇ, ਕੀ ਹੋ ਤੁਸੀਂ? ਕਿਹੜੇ ਫੱਟੇ ਵਾਲੇ ਹੋਏ? ਗੁੱਸਾ ਚੜਦਾ, ਦਿਮਾਗ ਪਾਟਣ ਵਾਲਾ ਹੋਇਆ ਦਿਮਾਗ, ਰਾਤ ਨੂੰ ਨੀਂਦ ਨਹੀਂ ਆਉਂਦੀ, ਸਿਰ ਦੁਖਦਾ, ਮੇਰਾ ਸੋਚ ਕੇ ਵੀ ਬਣੂਗਾ ਕੀ ਸਾਡਾ ਯਾਰ? ਆਹ ਸਾਡੇ ਹਾਲਾਤ ਹੋਏ ਪਏ ਆ। ਉਹ ਰੱਬ ਦਾ ਵਾਸਤਾ, ਉਹ ਰੱਬ ਦਾ ਵਾਸਤਾ ਤੁਹਾਨੂੰ, ਉਹ ਸਮਝ ਜਾਓ ਗੱਲ ਨੂੰ, ਉਹ ਸੰਭਲ ਜਾਓ। ਇਹ ਜ਼ਿੰਮੇਵਾਰ ਤੁਸੀਂ ਲੋਕ ਆ ਓਏ, ਜਿਨ੍ਹਾਂ ਨੇ ਘਰਾਂ ਦੇ ਵਿੱਚ ਕਮਰੇ ਪਾ ਕੇ ਇਹਨਾਂ ਨੂੰ ਬਿਠਾਇਆ। ਆ ਘੜਮ ਚੌਧਰੀਆਂ ਨੇ, ਮੈਂਬਰਾਂ, ਸਰਪੰਚਾਂ ਨੇ, ਐਮਸੀਆਂ ਨੇ, ਪ੍ਰਧਾਨਾਂ ਨੇ ਵੋਟਾਂ ਬਣਾਈਆਂ, ਇਹ ਜ਼ਿੰਮੇਵਾਰ ਤੁਸੀਂ ਆ ਓਏ। ਇਸੇ ਕਰਕੇ ਕਲਪਦੇ ਆ ਵੀ ਹਿਮਾਚਲ ਦੀ ਤਰ੍ਹਾਂ, ਉੱਤਰਾਖੰਡ ਦੀ ਤਰਜ਼ ਦੇ ਉੱਤੇ, ਨਾਗਾਲੈਂਡ ਦੀ ਤਰ੍ਹਾਂ, ਜੰਮੂ ਕਸ਼ਮੀਰ ਦੀ ਤਰ੍ਹਾਂ, ਰਾਜਸਥਾਨ ਦੀ ਤਰ੍ਹਾਂ ਇਹ ਕਾਨੂੰਨ ਬਣਨਾ ਚਾਹੀਦਾ ਪੰਜਾਬ ਦੇ ਵਿੱਚ ਵੀ ਬਾਹਰਲਾ ਬੰਦਾ ਇੱਥੇ ਜ਼ਮੀਨ ਨਾ ਲੈ ਸਕੇ, ਬਾਹਰਲਾ ਬੰਦਾ ਇੱਥੇ ਆ ਕੇ ਪੰਜਾਬੀਆਂ ਦੀਆਂ ਨੌਕਰੀਆਂ ਨਾ ਲੈ ਸਕੇ। ਆ ਖਹਿਰੇ ਨੇ, ਸੁਖਪਾਲ ਸਿੰਘ ਖਹਿਰੇ ਨੇ ਚੱਕਿਆ ਸੀ ਮੁੱਦਾ ਵੀ ਇਹ ਕਾਨੂੰਨ ਬਣਾਓ। ਆ ਸਪੀਕਰ ਪੰਜਾਬ ਦਾ ਫੜ ਕੇ ਉਹ ਜਿਹੜਾ ਮਤਾ ਲੈ ਕੇ ਆਇਆ ਖਹਿੜਾ, ਰੱਦੀ ਟੋਕਰੀ 'ਚ ਮਾਰਿਆ ਵੀ ਨਹੀਂ ਜੀ। ਆ ਪੰਜਾਬ ਦਾ ਮੁੱਖ ਮੰਤਰੀ, ਹੁਣ ਕਿਹੜਾ ਮੈਂ ਲਫ਼ਜ਼ ਕਹਾਂ ਤੇਰੇ ਬਾਰੇ ਯਾਰ, ਲੋਕ ਤੇਰੇ ਬਾਰੇ ਬਹੁਤ ਕੁਛ ਕਹਿੰਦੇ ਆ, ਮੈਂ ਤਾਂ ਇਹੀ ਕਹਿੰਦਾ ਸਭ ਤੋਂ ਮਾੜਾ, ਨਿਖਦ, ਨਿਕੰਮਾ, ਘਟੀਆ, ਤੇਰੇ ਵਰਗਾ ਬੰਦਾ ਹੀ ਨਹੀਂ ਹੋ ਸਕਦਾ ਯਾਰ। ਬਾਦਲ ਦੀ ਪੂਛ ਫੜ ਲਈ, ਕੈਪਟਨ ਦੀ ਪੂਛ ਫੜ ਲਈ, ਬਾਦਲ ਨੂੰ ਮਰੇ ਨੂੰ ਵੀ ਕੈ ਸਾਲ ਹੋ ਗਈ, ਲੋਕਾਂ ਨੇ ਨਕਾਰ ਤੇ ਖਤਮ ਕਰਤੇ ਉਹ ਤਾਂ ਲੋਕ ਯਾਰ। ਰਸ਼ ਦੀ ਕਹਾਣੀ ਤੋਰ ਲਈ, ਬਾਂਦਰ ਦੀ ਕਹਾਣੀ ਤੋਰ ਲਈ, ਪੁਸ਼ਪਾ ਦੀ ਕਹਾਣੀ ਤੋਰ ਲਈ, ਤੇਰੇ ਕੋਲ ਚੁਟਕਲੇ ਕਹਾਣੀਆਂ ਤੋਂ ਇਲਾਵਾ ਉਹ ਆਨੰਦ ਲਿਆ, ਉਹ ਭੰਡ ਲਿਆ, ਤੇਰੇ ਪੱਲੇ ਕੀ ਆ ਓਏ, ਕੀ ਆ ਪੱਲੇ ਤੇਰੇ ਯਾਰ? 3 ਸਾਲ ਹੋ ਗਏ ਤੈਨੂੰ, ਖਤਮ ਕਰਤਾ ਪੰਜਾਬ ਯਾਰ, ਜਮਾਂ ਗੋਡੇ ਟੇਕ ਤੇ ਜਾ ਕੇ, ਜਮਾਂ ਕੂਡਾ ਹੋ ਗਿਆ ਤੂੰ ਸੈਂਟਰ ਦੇ ਮੂਹਰੇ, ਸਾਰਾ ਕੁਝ ਸੈਂਟਰ ਸਾਡਾ ਪੰਜਾਬ ਦੇ ਹੱਕ ਮਾਰੀ ਜਾ ਰਿਹਾ, ਤੂੰ ਚੁੱਪ ਕਰਕੇ ਸਹਿਮਤੀ ਦੇ ਰਿਹਾ।